ਵੱਡੀ ਖਬਰ ਜੀਰਾ ਤੋਂ ਆ ਰਹੀ ਹੈ। ਜੀਰਾ 'ਚ STF ਨਾਲ ਮੁਕਾਬਲੇ 'ਚ ਮਾਰੇ ਗਏ 2 ਨਸ਼ਾ ਤਸਕਰ। ਮੌਕੇ 'ਤੇ ਨਸ਼ੀਲੇ ਪਦਾਰਥ ਅਤੇ 3 ਹਥਿਆਰ ਬਰਾਮਦ। ਤੁਹਾਨੂੰ ਦੱਸ ਦਈਏ, ਨਸ਼ਾ ਤਸਕਰਾਂ ਨੇ ਪੁਲਿਸ ਪਾਰਟੀ 'ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਆਤਮ ਰੱਖਿਆ 'ਚ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ। ਇਸ ਮੁਕਾਬਲੇ ਦੇ ਵਿੱਚ 2 ਨਸ਼ਾ ਤਸਕਰ ਮਾਰੇ ਗਏ ਨੇ। ਬਰਾਡੇਡ, ਉਹਦਾ ਨਾਮ ਗੋਰਾ, ਜਿਹੜਾ ਇੱਥੇ ਐਕਸਪਾਇਰ ਹੋਇਆ, ਉਹਦਾ ਨਾਮ ਸੰਦੀਪ ਸਿੰਘ ਹੈ ਅਤੇ ਅਨਮੋਲ ਨੂੰ ਅਸੀਂ ਰੈਫਰ ਕੀਤਾ। ਇਹਨਾਂ ਦੀ ਸਭ ਦੀ ਏਜ 25-30 ਸਾਲ ਦੇ ਕਰੀਬ ਦੇ ਵਿੱਚ। 3 ਪੇਸ਼ੈਂਟਸ ਆਏ ਸੀ ਸਾਡੇ ਕੋਲ, ਜਿਹੜੇ ਕਿ ਪੁਲਿਸ ਨਾਲ ਹੋਈ ਹੈ ਉਹਨਾਂ ਦੀ ਫਾਈਟਿੰਗ ਸ਼ਾਇਦ, ਅਤੇ ਉਹਨਾਂ 3 'ਚੋਂ 1 ਜਣਾ ਤਾਂ ਬਰਾਡੇਡ ਹੀ ਸੀ, ਜਿਹਦਾ ਨਾਮ ਗੋਰਾ ਸਿੰਘ ਹੈ, ਰੈਜੀਡੈਂਟ ਆਫ ਮੰਦਿਰ, ਅਤੇ ਬਾਕੀ 2 ਸੀ, ਉਹਨਾਂ 'ਚੋਂ 1 ਕਾਫੀ ਸਿੱਕ ਸੀ, ਉਹ ਐਕਸਪਾਇਰ ਹੋ ਗਿਆ। 3 ਨੂੰ ਅਸੀਂ ਫਰੀਦਕੋਟ ਰੈਫਰ ਕੀਤਾ। ਉਹਦੀ ਹਾਲਤ ਕੀ, ਕਿਸ ਤਰ੍ਹਾਂ? ਜਿਹੜਾ ਫਰੀਦਕੋਟ ਰੈਫਰ ਕੀਤਾ ਸੀਰੀਅਸ ਹੀ ਹੈ, ਤੇ ਇੱਕ ਕੋਈ ਮੁਲਾਜ਼ਮ ਤੇ ਵੀ ਵਜੀ ਹੈ? ਹਾਂਜੀ, ਉਹਨਾਂ ਦੇ ਵੀ ਥੋੜੀ ਜੀ ਹੈਗੀ ਹੈ ਇੰਜਰੀ, ਗਨ ਸ਼ਾਟ ਹੀ ਹੈ, ਉਹ ਅਜੇ ਆਬਜ਼ਰਵੇਸ਼ਨ 'ਚ ਨੇ। ਕਰੋ ਯਾਰ।